ਸਤਿ ਸ਼੍ਰੀ ਅਕਾਲ ਜੀ, ਪੰਜਾਬੀ ਕੁਕਿੰਗ ਐਂਡ ਪੰਜਾਬੀ ਕਲਚਰ ਵਿੱਚ ਤੁਹਾਡਾ ਸਵਾਗਤ ਹੈ। ਅੱਜ ਫਰੈਂਡਸ ਆਪਾਂ ਤੁਹਾਡੇ ਨਾਲ ਆਪਣੀ ਸਵੇਰ ਦੀ ਮੋਰਨਿੰਗ ਦੀ ਰੂਟੀਨ ਸ਼ੇਅਰ ਕਰਾਂਗੇ। ਆਪਾਂ ਦੇਖੋ ਸਵੇਰੇ ਮੋਰਨਿੰਗ 'ਚ ਕਿੰਨੇ ਕੰਮ ਹੁੰਦੇ ਨੇ, ਅਲੱਗ ਅਲੱਗ ਤਰ੍ਹਾਂ ਦੇ ਕੰਮ ਹੁੰਦੇ ਨੇ, ਇੱਕੋ ਤਰ੍ਹਾਂ ਦੇ ਰੋਜ਼ ਕੰਮ ਨਹੀਂ ਹੁੰਦੇ ਹੈਗੇ। ਸੋ ਫਰੈਂਡਸ, ਜੇ ਤੁਸੀਂ ਮੇਰੇ ਚੈਨਲ ਦੇ ਨਵੇਂ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ, ਅਤੇ ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਉਂਦੀ ਹੈ ਤਾਂ ਪਲੀਜ਼ ਮੈਨੂੰ ਲਾਈਕ ਅਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ, ਅਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜੀ। ਦੇਖੋ ਕਣਕਾਂ ਦੀ ਵਾਢੀ ਚੱਲ ਰਹੀ ਹੈ, ਆਪਣਾ ਸਾਰੇ ਆਪਣੇ ਆਪਣੇ ਕੰਮਾਂ 'ਚ ਲੱਗੇ ਹੋਏ ਨੇ, ਕੋਈ ਕੁਛ ਕਰ ਰਿਹਾ ਕੋਈ ਕੁਛ ਕਰ ਰਿਹਾ। ਜਿਹੜੀ ਪਿੱਛੇ ਆਵਾਜ਼ ਆ ਰਹੀ ਤੁਸੀਂ ਉਹਨੂੰ ਇਗਨੋਰ ਕਰਿਓ, ਕਿਉਂਕਿ ਇਹ ਆਪਣਾ ਗਰੈਂਡਰ ਚੱਲ ਰਿਹਾ ਆਪਣੀ ਗੁਆਂਢੀਆਂ ਦੇ ਘਰ, ਇਸ ਕਰਕੇ ਜਿਹੜਾ ਉਹ ਖੜਕਾ ਹੋ ਰਿਹਾ। ਬਾਕੀ ਫਸਲਾਂ ਦੀ ਜਿਹੜੀ ਵਾਢੀ ਚੱਲਣ ਸ਼ੁਰੂ ਹੋ ਗਈ। ਇੱਧਰ ਮੰਮੀ ਜਿਹੜਾ ਆਪਣਾ ਬਿੱਡ ਵਾਸਤੇ ਥੈਲਾ ਸਿਉ ਰਹੇ ਨੇ, ਅਤੇ ਅੱਧਾ ਕੁ ਤਾਂ ਰਾਤ ਸਿਉਂਦੇ ਸੀਗਾ, ਵਿੱਚੇ ਮੇਰੇ ਸਰਦਾਰ ਜੀ ਲੱਗੇ ਹੋਏ ਸੀਗੇ। ਫਿਰ ਹੁਣ ਅਸੀਂ ਫਿਰ ਕੱਲ੍ਹ ਨੂੰ ਜਾਂ ਪਰਸੋਂ ਨੂੰ ਅਸੀਂ ਕਣਕ ਵਢਾਵਾਂਗੇ, ਇਸ ਕਰਕੇ ਫਿਰ ਕਹਿੰਦੇ ਵੀ ਜਲਦੀ ਜਲਦੀ ਜਿਹੜੀ ਟਰਾਲੀ ਦੇ ਬਿੱਡ ਹੁੰਦੀ ਹੈ ਉਹਦੇ ਫਿਰ ਥੈਲਾ ਲਗਾਉਂਦੇ ਹਾਂ, ਉਹ ਥੈਲਾ ਸਿਉਂ ਰਹੇ ਨੇ ਮੰਮੀ। ਅਤੇ ਇਹ ਜਿਹੜੇ ਮੈਂ ਕੱਪੜੇ ਨੇ ਮੈਂ ਰਾਤ ਧੋਏ ਹੋਏ ਸੀਗੇ, ਕਿਉਂਕਿ ਜਿਹੜੀ ਲਾਈਟ ਹੈ ਉਹ ਸਵੇਰੇ 10 ਵਜੇ ਚੱਲੀ ਜਾਂਦੀ ਹੈ, ਇਸ ਕਰਕੇ ਫਿਰ ਆਪਾਂ ਜਿਹੜਾ ਕੱਪੜੇ ਆ ਆਪਣੇ ਬਿਜਲੀ ਦੇ ਕੰਮ ਜਿਹੜੇ ਸਵੇਰੇ ਸਵੇਰੇ ਕਰ ਲੈਂਦੇ ਹਾਂ, ਜਾਂ ਫਿਰ ਰਾਤ ਨੂੰ ਆਉਂਦੀ ਜਦੋਂ 6 ਵਜੇ ਤੋਂ ਬਾਅਦ ਉਦੋਂ ਕੁਛ ਕੱਪੜੇ ਜਿਹੜੇ ਮੈਂ ਰਾਤ ਹੀ ਧੋ ਲਏ ਸੀਗੇ, ਕੁਛ ਕੱਪੜੇ ਮੈਂ ਹੁਣ ਧੋ ਲਏ, ਫਿਰ ਲਾਈਟ ਚਲੀ ਜਾਊਗੀ। ਚਲੋ ਜਿਹੜੇ ਆਪਾਂ ਕੰਮ ਕਰ ਲੈਂਦੇ ਹਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰ ਲੈਂਦੇ ਹਾਂ ਨਾਲੇ ਉਦਮ। ਅੱਜ ਤਾਂ ਫਰੈਂਡਸ ਊਧਮ ਦਾ ਜਿਹੜਾ ਵਰਕ ਹੈ ਉਹ ਵੀ ਆਪਣਾ ਔਨਲਾਈਨ ਆਉਣਾ ਹੈ, ਇਸ ਕਰਕੇ ਅੱਜ ਊਧਮ ਨੂੰ ਵੀ ਮੈਂ ਥੋੜ੍ਹਾ ਜਲਦੀ ਉਠਾ ਤਾ ਸੀਗਾ। ਫਿਰ ਮੈਂ ਕਿਹਾ ਚਲੋ ਨਾਲੇ ਆਪਾਂ ਵਲੋਗ ਸ਼ੁਰੂ ਕਰ ਲੈਂਦੇ ਹਾਂ, ਅਤੇ ਜਿਹੜੇ ਕੰਮ ਨੇ ਉਹ ਨਿਪਟਾ ਲੈਂਦੇ, ਕਿਉਂਕਿ 10 ਵਜੇ ਲਾਈਟ ਜਿਹੜੀ ਚਲੀ ਜਾਊਗੀ। ਚਲੋ ਜਿਹੜੇ ਆਪਾਂ ਨਿੱਕੇ ਮੋਟੇ ਕੰਮ ਹੈ ਘਰ ਦੇ ਨਾਲ ਕਰ ਲੈਂਦੇ, ਨਾਲ ਤੁਹਾਡੇ ਨਾਲ ਵੀਡੀਓ ਸ਼ੇਅਰ ਕਰ ਲੈਂਦੇ। ਹੁਣ ਮੈਂ ਕੱਪੜੇ ਨੂੰ ਤੈਨ ਲਗਾਊਂਗੀ, ਸਿਉਰੇ ਨੇ ਬਿੱਡੋ ਉਦੋਂ ਫਟਾਫਟ ਚੱਲ ਹੁਣ ਉਹ ਕਰ, ਮੈਂ ਤੈਨ ਲਾ ਦਾਂ ਕੱਪੜੇ ਨਹੀਂ, ਬਾਕੀ ਜਿਹੜੇ ਕੱਪੜੇ ਧੋ ਗਏ ਸੁੱਕਣ ਪਾ ਦਾ ਮੈਂ ਉਦੋਂ ਨੂੰ ਤਿਆਰ ਕਰਕੇ। ਚਲੋ ਫਿਰ ਉਦੋਂ ਕੀ ਹੋਏਗੀ ਵੀਡੀਓ ਕਾਲ ਪਰ ਮੈਡਮ ਗਿੱਲ ਪੜ੍ਹਾਈ ਔਨਲਾਈਨ, ਫਟਾਫਟ ਚੱਲ ਤੈਨੂੰ ਤਿਆਰ ਕਰ ਦਾਂ ਮੈਂ। ਫਿਰ ਕਿੰਨਾ ਕੁ ਰਹਿ ਗਿਆ ਮੰਮੀ ਸਿਉਣਾ? ਧਨੀਆ ਲਾਉਂਗੇ, ਇਸ ਵਾਰ ਤਾਂ ਉਦੋਂ ਨੂੰ ਕੱਪੜੇ ਵੀ ਦਵਾ ਹੋਏ ਵਿਚਾਰੇ ਨੂੰ, ਲਾਕਡਾਊਨ ਹੋ ਗਿਆ ਹੈ ਜੀ। ਸਾਰੇ ਕੱਪੜੇ ਤੁਸੀਂ ਚਿੱਟੇ ਕਾਲੇ ਕਰੇ ਪਏ ਆ, ਰੀਫਰ ਗਿਆ ਤੇਲ ਲਾ ਲਾ ਕੇ, ਪਤਾ ਧੋਣੇ ਕਿੰਨੇ ਔਖੇ ਆ। ਪਹਿਲਾਂ ਤਾਂ ਅਸੀਂ ਥੈਲੇ ਧੋਏ ਆ, ਅੱਛੇ ਜੀ ਥੈਲੇ ਧੋਣ 'ਚ ਵੀ ਟਾਈਮ ਲੱਗਦਾ ਹੈ, ਐਂ ਥੋੜ੍ਹੀ ਕੰਮ ਹੋ ਜਾਂਦੇ ਆ। ਵਿਹਲੀ ਆ ਦੱਸ ਰਹੇ, ਦੇਖ ਲੈ ਮੰਮੀ ਉਹ ਧੋ ਕੇ ਰੱਖੇ ਪਏ ਆ, ਹੋਰ ਧੋਊਗੇ ਫਿਰ ਤਾਂ, ਫਿਰ ਪਾਣੀ ਭਰ ਕੇ ਰੱਖ ਲਓ, ਟੂਟੀ ਆ ਗਈ ਹੁਣ। ਤੇਲ ਵਾਲੀ ਕੀ ਪਤਾ ਨਹੀਂ ਮੈਂ ਕਿੱਥੇ ਵੇਚ ਕੇ, ਉਹ ਉੱਧਰ ਥੈਲਿਆਂ ਕੋਲ ਸਰੋਂ ਵਾਲੇ ਕੋਲ ਦੇਖ ਕੇ। ਸੁੜ ਹੋ ਰਹੀ ਹੈ ਪਾਪਾ ਜੀ, ਜਿਹੜੇ ਆਉਣ ਜਾਣ ਵਾਲੇ ਸੂਟ ਆ ਤਾਂ ਚਿੱਟੇ ਫਿਰ ਵੀ ਠੀਕ ਹੈ, ਜਿਹੜੇ ਘਰਾਂ ਪਾਉਂਦੇ ਆ ਤਾਂ ਉਹ ਕਾਲੇ ਕਰੇ ਪਏ ਹੁੰਦੇ ਆ। ਨਾ ਤਾਂ ਚਿੱਟਾ ਤਾਂ ਫਿਰ ਵੀ ਠੀਕ ਹੈ।
छोटी होंगी थी तुम भी सोच के हैरान रहोगे भी छोटी होंगी थी कुर्सी ये गल मैं फेस शेयर करनी है पहले मैं कपड़े कपड़े पा दें क्योंकि फिर अपने होर काम भी करने लाइट वाले जो लाइट चली गई फिर औखा हो जाएगा। यह दो गलेव सके फिर मैं वह भी धोते गलेव रह गए थे बस धोने वाले बाकी तो सारे अपने कपड़े धो धो के रखते बाहर बैठ लिया करूँगा इधर ना एक रेड कलर का मेज़ सीगा स्टोर सीगा और टूट गया सीगा तो कुर्सी अजे साफ थी पई है। चलो जी अपने को फ्रेंड्स ये अपना टूटी वाला घड़ा है हम आप गर्मी आ गई हम गर्मी चप्पा इन भर के रख लिया करेंगे जो घड़ा ये पानी ठंडा रेंदे मार के धो कर धो लेंगे तो मांज लेंगे अपने इन जो सर्दियाँ आ गई थी चक के अपना टंग दिया उपर पर छत्ती रख दिया अपने चंगी तरह समार के मांज लाँगे हम आप बिच नहीं हाथ पाना है बारों बारों मांजना है क्योंकि मुद्दा मारिया हुआ चीज है जे आप बिच हाथ पावे तो यह जो पानी ठंडा नहीं रहता ये पिछली बार कि ठंडा पानी लगता है ना उदम घड़े के बच्चे हूँ इस बार भी घड़े गए पानी पीऊँ कदों है लाइट भज लेंगे तो आप फिर फिल्टर का पानी ये क्ड के रख लेंगे तो फिल्टर भर जूगा फिर अपन कोई लोड नहीं होगी बाद पानी की ना ही अपन जोड़ा फ्रिज का पानी पीने की लड़ है क्योंकि आप घटे का पानी पीवे ये इस गले खराब नहीं होंगे बाकी तुम्हें पता है मौसम है जी पीने की है Thank you.
ਜਿਹੜੇ ਨਿੱਕੇ ਮੋਟੇ ਕੰਮ ਨੇ ਜਿਹੜੇ ਆਪਾਂ ਗਿਣਦੇ ਨਹੀਂ ਹੈਗੇ, ਗਿਣਤੀ ਜਿਹੇ ਆਉਂਦੇ ਇਹ ਆਪਣੇ ਘਰਾਂ ਦੇ ਉਹ ਕੰਮ ਨੇ ਜਿਹੜੇ ਆਪਾਂ ਕਦੇ ਗਿਣਦੇ ਨਹੀਂ ਹੈਗੇ, ਆਪਾਂ ਇਹ ਵਾਲੇ ਕੰਮ ਵੀ ਕਰਦੇ ਹਾਂ। ਘੁਮਾਰ ਬਣਾਉਂਦੇ ਹਾਂ, ਟੂਟੀ ਲਾਈ ਹੋਈ ਹੈ। ਵੈਸੇ ਸਿੰਪਲ ਘੜੇ ਵੀ ਆਪਾਂ ਪਹਿਲਾਂ ਸਿੰਪਲ ਵਰਤਦੇ ਹੁੰਦੇ ਸੀ, ਹੁਣ ਟੂਟੀਆਂ ਵਾਲੇ ਹੋ ਗਏ। ਹੁਣ ਆਪਾਂ ਇਹਨੂੰ ਐਂ ਪਹਿਲਾਂ ਚੰਗੀ ਤਰ੍ਹਾਂ ਸੁਕਾ ਲਾਂਗੇ, ਸੁਕਾ ਕੇ ਫਿਰ ਆਪਾਂ ਇਹਦੇ ਵਿੱਚ ਫੇਰ ਪਾਣੀ ਪਾਵਾਂਗੇ। ਭਾਂਡੇ ਮਾਂਜਣ ਹੋਗੇ, ਇਹ ਆਪਣੇ ਸਵੇਰ ਦੀ ਰੋਟੀ ਵਾਲੇ ਭਾਂਡੇ ਨੇ, ਵਿੱਚੇ ਚਾਹ ਵਾਲੇ ਨੇ। ਕਿਉਂਕਿ ਹਜੇ ਮੈਂ ਤਾਂ ਉਦੋਂ ਨੇ ਤਾਂ ਰੋਟੀ ਖਾਧੀ ਨਹੀਂ ਹੈਗੀ, ਮੰਮੀ ਨੇ ਅਤੇ ਪਾਪਾ ਜੀ ਨੇ ਅਤੇ ਮੇਰੇ ਸਰਦਾਰ ਜੀ ਨੇ ਰੋਟੀ ਖਾ ਲਈ। ਮੈਂ ਤਾਂ ਉਦੋਂ ਮੇਰੇ ਰੋਟੀ ਲੇਟ ਖਾਂਦੇ ਕਿਉਂਕਿ ਅਸੀਂ ਦੁੱਧ ਜਿਹੜਾ ਉਹ ਵੀ ਲੇਟ ਪੀਂਦੇ ਹਾਂ, ਇਸ ਕਰਕੇ ਮੈਂ ਤਾਂ ਉਦੋਂ ਮੇਰੇ ਰੋਟੀ ਲੇਟ ਖਾਂਦੇ ਕਿਉਂਕਿ ਅਸੀਂ ਜਿਹੜਾ ਦੁੱਧ ਉਹ ਵੀ ਅਸੀਂ ਲੇਟ ਪੀਂਦੇ, ਤਾਂ ਕਰਕੇ ਅਸੀਂ ਰੋਟੀ ਲੇਟ ਖਾਂਦੇ ਹਾਂ। ਚਲੋ ਜੀ, ਆਪਣੇ ਜਿਹੜੇ ਭਾਂਡੇ ਉਹ ਵੀ ਮਾਂਜ ਹੋ ਗਏ, ਅਤੇ ਆਪਾਂ ਜਿਹੜਾ ਘੜਾ ਹੈ ਉਹ ਵੀ ਧੋ ਲਿਆ। ਹੁਣ ਆਪਾਂ ਘੜੇ ਨੂੰ ਧੁੱਪ ਵਿੱਚ ਹੋਰ ਸੁੱਕਣਾ ਰੱਖ ਦਿਆਂਗੇ, ਮੁੱਦਾ ਮਾਰ ਦਾਂਗੇ, ਅਤੇ ਚਲੋ ਭਾਂਡੇ ਚੱਕ ਕੇ ਪਾਂਡਣ ਚਾਹੁੰਦੇ ਇੱਥੇ ਜਿਹੜਾ ਆਪਾਂ ਸਾਫ਼ ਕਰ ਦਿੰਦੇ। ਚਲੋ ਜੀ ਫਰੈਂਡਸ, ਆਪਾਂ ਜਿਹੜੇ ਕੰਮ ਹੈ ਸਾਰੇ ਉਹ ਨਵੇੜ ਲਏ, ਹੈ ਨਾ। ਘੜਾ ਵੀ ਭਰੂਗਾ, ਜਦੋਂ ਭਰੂਗਾ ਘੜਾ ਕਿਹੜਾ ਧੋ ਜਾਂਦਾ, ਧੋ ਤਾਂ ਦੇਵਾ, ਧੋ ਕੇ ਰੱਖ, ਤੂੰ ਦੇਖੀ ਨਹੀਂ, ਤੂੰ ਤਾਂ ਇੱਧਰ ਤੂੰ ਭਰਦਾ ਫਿਰਦਾ ਸਾਰੇ ਜ਼ਿੰਦਗੀ ਲਾਹ ਕਰ ਲਈ। ਚਲੋ ਜੀ, ਆਪਾਂ ਜਿਹੜੇ ਕੰਮ ਨੇ ਆਪਣੇ ਸਾਰੇ ਨਿਬੇੜ ਲਏ, ਬਾਕੀ ਜੇ ਮੈਂ ਫਿਰ ਤੁਹਾਡੇ ਨਾਲ ਹੋਰ ਵੀਡੀਓ ਸ਼ੇਅਰ ਕਰੀ ਲੰਬੀ ਹੋ ਜਾਵੇ, ਕਿਉਂਕਿ ਜਿਹੜੇ ਆਪਣੇ ਕੰਮ ਕਰਨੇ ਉਹ ਤਾਂ ਸਾਰੇ ਨਿਬੜਦੇ ਨਹੀਂ ਹੈਗੇ। ਉਮੀਦ ਕਰਦੀ ਹਾਂ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਪਸੰਦ ਆਈ ਹੋਊਗੀ। ਉਦੋਂ ਕਹਿੰਦਾ ਵੀ ਸਾਰੇ ਕੰਮਾਂ ਦੀ ਵੀਡੀਓ ਸ਼ੇਅਰ ਕਰ ਲਿਆ ਮੰਮਾ, ਕੋਈ ਨਹੀਂ, ਆਪਾਂ ਫਿਰ ਕਿਸੇ ਦਿਨ ਹੋਰ ਕੰਮਾਂ ਦੀ ਵੀਡੀਓ ਸ਼ੇਅਰ ਕਰਾਂਗੇ ਤੁਹਾਡੇ ਨਾਲ। ਸੋ ਫਰੈਂਡਸ, ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਤਾਂ ਪਲੀਜ਼ ਮੈਨੂੰ ਲਾਈਕ ਅਤੇ ਕਮੈਂਟ ਕਰਕੇ ਜ਼ਰੂਰ ਦੱਸਿਓ, ਅਤੇ ਜੇ ਤੁਸੀਂ ਮੇਰੇ ਚੈਨਲ ਦੇ ਨਵੇਂ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ, ਅਤੇ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਆ ਕਰੋ ਜੀ। ਚਲੋ ਜੀ, ਫਿਰ ਆਪਾਂ ਕੋਈ ਨੈਕਸਟ ਵੀਡੀਓ ਲੈ ਕੇ ਫਿਰ ਮਿਲਾਂਗੇ, ਤਦ ਤੱਕ ਲਈ ਬਾਏ ਬਾਏ। ਉਦੋਂ ਤਾਂ ਚੱਲਿਆ ਭੱਜ ਗਿਆ ਹੁਣ ਖੇਡਣ।